ਲਾਗੇ ਲਾਗੇ ਨੇ ਦੋਵੇਂ ਸ਼ਹਿਰ ਇੱਕ ਚੜ੍ਹਦੇ ਪੰਜਾਬ ਦਾ ਤੇ ਦੂਜਾ ਲੈਂਦੇ ਪੰਜਾਬ ਦਾ ਇੱਕ ਸ਼ਹੀਦਾਂ ਦੀ ਧਰਤੀ ਹੈ ਤੇ ਦੂਜੀ ਸੂਫੀ ਸੰਤਾਂ ਦੀ ਹਮਲੇ ਵੀ ਹੋਏ ਨੇ ਤੇ 1857 ਦਾ ਗਦਰ ਵੀ ਨੈਸ਼ਨਲ ਹਾਈਵੇ ਗੁਜਰਦੀ ਸੀ ਤੇ ਰੇਲਵੇ ਉਹੀ ਰੇਲ ਜਿਹਦੇ ਵਿੱਚ ਲਾਸ਼ਾਂ ਦੇ ਢੇਰ ਲੱਗੇ ਸਨ 47 ਦੇ ਵਕਤ ਉਹੀ ਵਕਤ ਅਜ ਵੀ ਯਾਦ ਹੈ ਉਹਨਾਂ ਜਿਹੜੇ ਉਧਰੋਂ ਇੱਧਰ ਆਏ ਤੇ ਇੱਧਰੋਂ ਉਧਰ ਗਏ ਚੜ੍ਹਦੇ ਪੰਜਾਬ ਦਾ ਜ਼ਿਲ੍ਹਾ ਫਿਰੋਜ਼ਪੁਰ ਤੇ ਲੈਹਂਦੇ ਪੰਜਾਬ ਦਾ ਕਸੂਰ ਸ਼ਹਿਰ ਭਾਵੇਂ ਪੁਰਾਣੇ ਨੇ ਪਰ ਦੋਵੇਂ ਸ਼ਹਿਰਾਂ ਦੇ ਨਾਂ ਨੂੰ ਲੈ ਕੇ ਦੋ ਪੱਖ ਨੇ ਕੁਝ ਆਖਦੇ ਨੇ ਕਿ ਫਿਰੋਜ਼ਪੁਰ ਪੱਟੀ ਰਾਜੇ ਫਿਰੋਜ਼ ਖਾਨ ਨੇ ਆਬਾਦ ਕੀਤਾ ਸੀ ਤੇ ਕੁਝ ਆਖਦੇ ਨੇ ਫਿਰੋਸ਼ਾ ਤੁਗਲਕ ਨੇ 1360 ਚ ਪਰ ਨਵੇਂ ਸ਼ਹਿਰ ਆਬਾਦ ਕਰਨ ਦਾ ਸ਼ੌਂਕ ਤਾਂ ਜ਼ਿਆਦਾਤਰ ਫਿਰੋਸ਼ਾ ਤੁਗਲਕ ਨੂੰ ਸੀ ਤਾਂ ਇਹ ਪੱਖ ਵਧੇਰੇ ਮਜ਼ਬੂਤ ਹੈ ਉਹਨਾਂ ਖੁਦ ਦਾਵਾ ਕੀਤਾ ਹੈ ਕਿ ਜੋ ਬਹੁਤ ਸਾਰੇ ਤੋਹਫੇ ਖੁਦਾ ਨੇ ਅਨੈਤ ਕੀਤੇ ਹਨ ਉਸ ਦੇ ਇੱਕ ਖਾਕਸਾਰ ਨੌਕਰ ਨੂੰ ਉਨ੍ਹਾਂ ਵਿੱਚੋਂ ਇੱਕ ਜਨਤਕ ਇਮਾਰਤ ਬਣਾਉਣ ਦੀ ਤੀਬਰ ਇੱਛਾ ਵੀ ਮਿਲੀ ਸੀ ਇਸ ਲਈ ਮੈਂ ਕਈ ਮਸਜਿਦਾਂ ਮਦਰਸੇ ਤੇ ਮੱਠ ਬਣਵਾਏ ਇਹੀ ਹਾਲ ਕਸੂਰ ਦਾ ਆਖਦੇ ਨੇ ਕਿ ਕਸੂਰ ਸ਼ਹਿਰ ਸ਼੍ਰੀ ਰਾਮਚੰਦਰ ਜੀ ਦੇ ਪੁੱਤਰ ਕੁਸ਼ਤ ਦੇ ਨਾਂ ਤੋਂ ਪਿਆ ਪਰ ਮੁਸਲਮਾਨ ਰਾਜ ਦੇ ਅਖੀਰਲੇ ਸਮੇਂ ਤੱਕ ਤਾਰੀਖ 'ਚ ਕਸੂਰ ਸ਼ਹਿਰ ਬਾਰੇ ਕੋਈ ਜ਼ਿਕਰ ਨਹੀਂ ਆਉਂਦਾ ਵੈਸੇ ਮਹਿਲਾਂ ਦਾ ਸ਼ਹਿਰ ਹੈ ਕਸੂਰ ਬਰਤਾਨੀਆ ਹਕੂਮਤ ਵਕਤ ਫਿਰੋਜ਼ਪੁਰ 'ਚ ਕਈ ਫੌਜੀ ਕਾਰਵਾਈਆਂ ਹੋਈਆਂ ਜਦੋਂ ਪਹਿਲੀ ਅੰਗਰੇਜ਼ ਅਫਗਾਨ ਜੰਗ ਹੋਈ ਸੀ ਤਾਂ ਫੌਜੀ ਟੁਕੜੀਆਂ ਦੇ ਕੂਚ ਕਰਨ ਦਾ ਸੈਂਟਰ ਸੀ ਫਿਰੋਜ਼ਪੁਰ 'ਚ 1838 ਚ ਮੁਦਕੀ ਦੀ ਲੜਾਈ ਵੀ ਲੜੀ ਗਈ ਸਿਰਫ 20 ਮੀਲ ਦੂਰ ਸਾਰਾ ਗੜੀ ਗੁਰਦੁਆਰਾ ਸਾਹਿਬ ਇੱਥੇ ਹੀ ਹੈ ਜਿੱਥੇ ਸ਼ਹੀਦਾਂ ਦੀ ਯਾਦ ਦਿਵੰਦ ਹੈ 12 ਸਤੰਬਰ 1897 ਨੂੰ ਹਵਾਲਦਾਰ ਇਸ਼ਰ ਸਿੰਘ ਦੀ ਕਮਾਂਡ 21 ਜਵਾਨਾਂ ਨੇ ਸੈਂਕੜੇ ਕਬਾਈਆਂ ਨੂੰ ਮਾਰਤਾ ਤੇ ਖੁਦ ਸ਼ਹਾਦਤ ਪਾ ਲਈ ਇਨ੍ਹਾਂ ਕਬਾਲੀਆਂ ਨੇ ਸਾਰਾ ਗੜੀ ਪੋਸਟ ਤੇ ਹਮਲਾ ਕੀਤਾ ਸੀ ਬ੍ਰਿਟਾਨੀਆ ਹਕੂਮਤ ਨੇ ਇਨ੍ਹਾਂ ਸ਼ਹੀਦਾਂ ਨੂੰ ਸਭ ਤੋਂ ਉੱਚੀ ਜੰਗ ਸਨਮਾਨ इंडियन ऑर्डर ऑफ मेरिट ग्रेड 99 ਉਹਦੇ ਨਾਲ ਨਿਵਾਜਿਆ ਸੀ ਬਰਤਾਨੀਆਂ ਹਕੂਮਤ ਤੋਂ ਭਾਰਤ ਨੂੰ ਆਜ਼ਾਦ ਕਰਾਉਣ ਦੇ ਲਈ ਤਿੰਨ ਬੇਮਿਸਾਲ ਸ਼ਹੀਦ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਉਹਨਾਂ ਦੀਆਂ ਸਮਾਧੀਆਂ ਵੀ ਇੱਥੇ ਨੇ ਹੁਸੈਨੀਵਾਲਾ ਚ ਫਿਰੋੜਪੁਰ ਚ ਕਸੂਰ ਦਾ ਨਾਮ ਅਰਬੀ ਲਫ਼ਜ਼ ਕਸਰ ਤੋਂ ਪਿਆ ਹੈ। ਮਤਲਬ ਮਹਿਲ। 553 ਚ ਖਵੇਸ਼ਗੰਦ ਦਾ ਕਬਜ਼ਾ। 1020 ਚ ਕਸੂਰ ਦਾ ਇਲਾਕਾ। ਲਾਹੌਰ ਚ ਸ਼ਾਮਿਲ। ਜੋ ਰਾਜਾ ਜੈਪਾਲ ਦੇ ਵਕਤ ਰਾਜਧਾਨੀ ਸੀਗਾ। ਬਾਦਸ਼ਾਹ ਬਾਬਰ ਦਾ 1526 ਚ ਭਾਰਤ ਤੇ ਕਬਜ਼ਾ ਜਦੋਂ ਹੋਇਆ ਉਸ ਵਕਤ ਜਿੱਤ ਪ੍ਰਤੀ ਸੇਵਾ ਦੇ ਪ੍ਰਤੀਕ ਵਜੋਂ ਕਸੂਰ ਨੂੰ ਅਫਗਾਨਾਂ ਦੇ ਹਵਾਲੇ ਕਰਤਾ ਸ਼ਾਹਜਹਾਨ ਤੇ ਔਰੰਗਜ਼ੇਬ ਦੇ ਵਕਤ ਕਸੂਰ ਦੀ ਛਲਾਗਾ ਹੋਈ ਹਰੇਕ ਮੋਹਦਬਰ ਅਮੀਰ ਸਬਦ ਮਹਿਲ ਕਸੂਰ ਚ ਫਿਰ ਕਸੂਰ ਬਣ ਗਿਆ ਮੈਲਾਂ ਦਾ ਸ਼ਹਿਰ ਉਹੀ ਕਸੂਰ ਜਿੱਥੇ ਚੀਨੀ ਯਾਤਰੀ ਹਿਉਨ ਸੰਗ ਵੀ ਆਏ ਸਨ ਮੁਗਲ ਬਾਦਸ਼ਾਹ ਬਾਬਰ ਜਾਂ ਉਸ ਦੇ ਪੁੱਤੇ ਅਕਬਰ ਦੇ ਵਕਤ ਕਸੂਰ ਇੱਕ ਪਠਾਨ ਆਬਾਦੀ ਦੇ ਰੂਪ ਵਿੱਚ ਆਬਾਦ ਹੋਇਆ ਸਿੱਖਾ ਤੇ ਕਸੂਰ ਦੇ ਪਠਾਣਾ ਵਿੱਚ ਜੜਪਾ ਵੀ ਹੋਈਆਂ ਕਈ ਵਾਰ ਫਿਰ ਪੰਗੀ ਮਿਸਲ ਦੇ ਸਰਦਾਰਾਂ ਨੇ ਹੱਲਾ ਕੀਤਾ ਕਬਜ਼ਾ ਕਰ ਲਿਆ ਪਰ ਪਠਾਣਾ ਨੇ ਮੁੜ ਆਪਣੀ ਆਜ਼ਾਦੀ ਬਹਾਲ ਕਰ ਲਈ 1807 ਦੇ ਵਕਤ ਕਸੂਰ ਸਿੱਖ ਰਾਜ ਦਾ ਹਿੱਸਾ ਬਣਿਆ ਤੇ 1867 ਚ ਨਗਰ ਕਾਉਂਸਲ ਬਣ ਗਈ। ਕਸੂਰ ਚ ਮਹਿਲ ਬਣੇ ਤੇ ਕਿਲਾ ਨੁਮਾ ਸ਼ਹਿਰ ਫਿਰੋਜ਼ਪੁਰ ਵੀ ਸੀ। ਜਿਸ ਦੀ ਰਾਖੀ ਦੇ ਲਈ ਵੱਡੇ ਵੱਡੇ ਗੇਟ ਬਣਾਏ ਗਏ। ਜਿਹੜੇ ਫਿਰੋਜ਼ਪੁਰ ਦੀ ਪਹਿਚਾਨ ਬਣੇ। ਐਂਟਰੀ ਗੇਟ। ਮਲਤਾਨੀ, ਬਗਦਾਦੀ, ਦਿੱਲੀ, ਅੰਮ੍ਰਿਤਸਰੀ, ਬਾਂਸੀ, ਮਖੂ, ਜੀਰਾ, ਮੋਰੀ ਤੇ ਕਸੂਰ ਦੇ ਨਾਂ ਤੇ ਗੇਟ ਬਣਿਆ। ਕਸੂਰੀ ਗੇਟ ਪੁਰਾਣੀ ਸ਼ਾਮਣੀ ਵੀ ਹੈਗੀ ਐ ਉਹ ਬੜੀ ਸੀ 1838 ਚ ਬਰਤਾਨੀਆਂ ਅਧਿਕਾਰੀ ਸਰ ਹੈਨਰੀ ਲਾਰੈਂਸ ਨੇ ਬਣਵਾਈ ਸੀ ਉਹ ਉਹੀ ਸ਼ਾਮਣੀ ਜਿੱਥੇ ਪੰਜਾਬ ਦੇ ਲੋਕ ਨਾਇਕ ਸੁੱਚਾ ਸੂਰਮਾ ਭਰਤੀ ਹੋਇਆ ਸੀ ਸੈਨਾ ਦੇ ਵਿੱਚ ਇੱਥੇ ਹੋਈ ਸੀ ਉਹ ਭਰਤੀ ਉਹੀ ਫਿਰ ਉਪਰ ਹੈ ਜਿੱਥੇ ਸੈਂਟਰਲ ਜੇਲ ਵੀ ਹੈ ਕਈਆਂ ਨੇ ਜੇਲ ਕੱਟੀ ਸੀ ਇੱਥੇ ਸਿਆਸੀ ਆਗੂਆਂ ਨੇ ਵੀ ਦੇਸ਼ ਭਗਤਾ ਨੇ ਵੀ ਤੇ ਕਈ ਹੋਰਾਂ ਨੇ ਵੀ ਗਦਰ 1857 ਦੋਵੇਂ ਸ਼ਹਿਰਾਂ 'ਚ ਜ਼ਬਰਦਸਤ ਕਈਆਂ ਨੂੰ ਜੇਲ ਹੋਈ ਫਿਰੋਜ਼ਪੁਰ ਕੇਂਦਰੀ ਜੇਲ 'ਚ ਰੱਖੇ ਗਏ 1919 ਦਾ ਅੰਦੋਲਨ ਵੀ ਦੋਵਾਂ ਸ਼ਹਿਰਾਂ 'ਚ ਅਪ੍ਰੈਲ 1919 ਦਾ ਮਹੀਨਾ ਕਸੂਰ ਰੇਲਵੇ ਸਟੇਸ਼ਨ ਲੋਕਾਂ ਦਾ ਹਜੂਮ ਸੀ ਤੇ ਉਹਨਾਂ ਰੇਲਵੇ ਸਟੇਸ਼ਨ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ। ਉਹ ਹੀ ਰੇਲ ਜਿਹਦੀ ਦੇਖਭਾਲ ਵਾਸਤੇ ਬਰਤਾਨੀਆ ਹਕੂਮਤ ਨੇ ਦੋ ਸੈਨਿਕ ਲਾਈ। ਅਪ੍ਰੈਲ 1919 ਨੂੰ ਆਵਾਮ ਦਾ ਹਜੂਮ ਸੀਗਾ। ਖਿਸਕਣ ਚੇ ਭਲਾ ਸੀ ਸੈਨਕਾ ਦਾ। ਖਿਸਕਣ ਲੱਗੇ ਪਰ ਹਜੂਮ ਬਹੁਤ ਸੀ। ਡਰ ਗਏ ਸੈਨਿਕ ਤੇ ਖੁਦ ਦੀ ਸੁਰੱਖਿਆ ਵਾਸਤੇ ਭੀੜ ਤੇ ਗੋਲੀਆਂ ਚਲਾਤੀਆਂ ਬੜਕ ਗਿਆ ਹਜੂ ਫਿਰ ਕਿਸੇ ਦਾ ਡਾਂਗਾ ਛੋਟੇ ਬਰੇ ਤੇ ਸੈਨਿਕਾਂ ਨੂੰ ਕੁੱਟ-ਕੁੱਟ ਕੇ ਮਾਰਦਾ ਤੇ ਫਿਰੋਜ਼ਪੁਰ ਤੇ ਵੀ ਭੜਕਿਆ ਸੀਗਾ ਗਦਰ ਅੰਦੋਲਨ ਫਿਰੋਜ਼ਪੁਰ ਤੇ ਜਨ ਸਭਾ ਮਾਹ ਹੋਈਆਂ ਦੇਸ਼ ਭਗਤ ਵੀ ਆਈ ਬਰਤਾਨੀਆਂ ਫੌਜ ਵੀ ਬੜੀ ਵਫਦ ਵੀ ਆਉਣਾ ਸੀ ਉਸ ਵਕਤ ਐਨ ਵਕਤ ਤੇ ਆ ਗਿਆ ਵਫਦ ਭਾਰੀ ਭੀੜ ਸੀ ਡਰ ਗਏ ਅਫਸਰ ਤੇ ਉਹਨਾਂ ਨੇ ਸੈਨਿਕ ਸ਼ਾਮਲੀ ਚ ਵੜਨ ਦੀ ਕੋਸ਼ਿਸ਼ ਵੀ ਨਾ ਕੀਤੀ ਫਿਰ ਵਾਪਸ ਮੁੜ ਗਿਆ ਲਾਹੌਰ ਵੱਲ ਬਰਤਾਨੀਆਂ ਹਕੂਮਤ ਦਾ ਵਫਤ ਆਖਿਰ ਬੇਰੰਗ ਹੀ ਪਰਤਣਾ ਪਿਆ ਉਸ ਵਫਤ ਨੂੰ ਜਦੋਂ ਬਰਤਾਨੀਆਂ ਹਕੂਮਤ ਨੇ ਭਾਰਤ ਤੇ ਕਬਜ਼ਾ ਕਰ ਲਿਆ ਤਾਂ ਇਹ ਇਲਾਕਾ ਸਿੱਖ ਭੂਮਿਕਾ ਦੇ ਅਧੀਨ ਸੀਗਾ ਜ਼ਿਲ੍ਹਾ ਤਾਂ 1976 ਚ ਬਣਿਆ ਕਸੂਰ ਵਿੱਚ 26 ਕਿਲੇਬੰਦ ਮੁਹੱਲੇ ਨੇ ਪੀਰਾਂ ਦਾ ਸ਼ਹਿਰ ਹੈ ਜਾਮਾ ਮਸਜਿਦ ਹੁਸੈਨ ਖਾਨ ਮਸਜਿਦ ਮਸਜਿਦ ਵਾਲਾ ਖਾਨ ਬਹੁਤ ਮਸ਼ਹੂਰ ਨੇ ਸਦਰ ਦੀਵਾਨ ਅंसारी 하ਜੀ ਮੁਹੰਮਦ شریف ਸ਼ਾਹ ਇਨਾਇਤ Sufi ਕਵੀ ਬਾਬਾ ਬੁੱਲੇ ਸ਼ਾ ਸ਼ਾਹ ਕਮਾਲ ਚਿਸਤੀ ਤੇ ਬਾਬਾ ਮੰਨ ਦੀਆਂ ਯਾਦਗਾਰਾਂ ਵੀ ਨੇ ਜ਼ਿਲ੍ਹਾ ਫਿਰੋੜਪੁਰ ਵੀ ਗੁਰੂਆਂ ਦੀ ਧਰਤੀ ਹੈ ਪੀਰ ਫਕੀਰਾਂ ਦੀ ਧਰਤੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਆਏ ਇੱਥੇ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੀ ਮਹਾਰਾਜਾ ਰਣਜੀਤ ਸਿੰਘ ਦੇ ਵਕਤ ਵੀ ਕੁਝ ਹਿੱਸੇ ਤੇ ਰਾਜ ਰਿਹਾ ਕਿਲੇ ਵੀ ਬਹੁ ਸੀਗੇ ਫਿਰੋੜਪੁਰ ਜ਼ਿਲ੍ਹੇ ਦੇ ਵਿੱਚ ਖਾਸ ਕਰਕੇ ਮਮਦੋਟ ਤੇ ਜਲਾਲਾਬਾਦ ਚ ਨਵਾਬ ਮਮਦੂਰ ਦੇ ਕਿਲੇ ਜਮਾਹਤ ਸੰਤਾਲੀ ਦਾ ਵਕਤ ਆਇਆ ਤੇ ਵੰਡ ਹੋ ਗਈ ਦੋ ਮੁਲਕ ਬਣ ਗਏ ਇੱਕ ਸਰਹੱਦ ਉਹੀ ਸਰਹੱਦ ਜਿੱਥੇ ਰੇਟਰੀਟ ਸੈਰੇਮਨੀ ਹੁੰਦੀ ਹੈ ਫਿਰੋਜ਼ਪੁਰ ਦੇ ਬਾਰਡਰ ਤੇ ਹੁਸੈਨੀਵਾਲਾ ਤੇ ਕਸੂਰ ਦੇ ਬਾਰਡਰ ਤੇ ਗੰਦਾ ਸਿੰਘ ਵਾਲਾ ਦੋਵਾਂ ਥਾਂਾਂ ਤੇ ਰੋਜ਼ਾਨਾ ਹੁੰਦੀ ਹੈ ਸ਼ਾਨਦਾਰ ਰੀਟ੍ਰਿਟ ਸੈਰੇਮਨੀ ਸੜਕ ਵੀ ਜਾਂਦੀ ਸੀ ਫਿਰੋਪੁਰ ਤੋਂ ਕਸੂਰ ਤੱਕ ਤੇ ਰੇਲ ਕੱਟੀ ਵੀ ਕਸੂਰ ਤੋਂ ਕਰਾਚੀ ਤੇ ਲਾਹੌਰ ਤੱਕ ਇਦੋਂ ਬੰਬੇ ਤੋਂ ਫਿਰੋਪੁਰ ਪੰਜਾਬ ਮਿਲ ਬੰਬੇ ਤੋਂ ਲਾਹੌਰ ਬੰਬੇ ਤੋਂ ਪਸ਼ਾਵਰ ਤੱਕ 19ਵੀਂ ਸਦੀ ਦੇ ਅਖੀਰਲੇ ਦਹਾਕੇ 'ਚ ਸ਼ੁਰੂ ਹੋਈ ਸੀ ਪੰਜਾਬ ਮੇ ਵੰਡ ਦਾ ਦਰਦ ਸਮੋਈ ਬੈਠੇ ਨੇ ਦੁਮਿਸ਼ੇ ਉਧਰ ਉੱਜੜ ਕੇ ਆਏ ਲੋਕ ਅੱਜ ਵੀ ਕਸੂਰ ਦੇਖਣ ਦੀ ਤਾੰਗ ਰੱਖਦੇ ਨੇ ਕਸੂਰ ਵੀ ਹੈ ਜਿਹੜਾ ਆਪਣਿਆਂ ਨੂੰ ਉਡੀਕਦਾ ਹੈ ਭਾਵੇਂ ਦੋਵੇਂ ਜ਼ਿਲ੍ਹੇ ਇੱਕ ਦੂਜੇ ਤੋਂ ਦੂਰ ਨਹੀਂ ਪਰ ਦੂਰ ਬਹੁਤ ਜਾਪਦੀ ਹੈ ਬਾਰਡਰ ਕਾਰਨ ਜਿਸ ਲਈ ਦੂਰੀ ਐਨੀ ਵਿਧਾਤੀ ਕਿ ਆਉਣਾ ਜਾਣਾ ਆਉਣਾ ਜਾਣਾ ਹੈ ਬਹੁਤ ਹੀ ਅੱਕ